ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ 5 ਵਿੱਚ ਤੁਹਾਡਾ ਸਵਾਗਤ ਹੈ ਮੈਂ ਅਸ਼ਿੰਦਰ ਪਾਲ ਕੋਰ ਅੱਜ ਤੁਹਾਡੇ ਵਾਸਤੇ ਪੰਜਾਬੀ ਰੀਡਰ 5 ਦਾ 7ਵਾਂ ਪਾਠ ਲੈ ਕੇ ਹਾਜ਼ਰ ਹਾਂ ਚਲੋ ਨਵਾਂ ਪਾਠ ਸਿੱਖਦੇ ਹਾਂ ਜੋ ਪਹਿਲਾਂ ਅਸੀਂ ਕਲਾਸ ਵਿੱਚ ਛੋਟੀਆਂ-ਛੋਟੀਆਂ ਕਹਾਣੀਆਂ ਪੜ੍ਹੀਆਂ ਤੇ ਨਾਲ ਅਸੀਂ ਤਵਤਾ ਪੜ੍ਹੀਆਂ ਪੋਮਸ ਪੜ੍ਹੀ ਸੀ ਤੇ ਅੱਜ ਦਾ ਪਾਠ ਬੜਾ ਇੰਟਰਸਟਿੰਗ ਹੈ ਅੱਜ ਅਸੀਂ ਚੁਟਕਲੇ ਪੜ੍ਹਾਂਗੇ ਤੁਸੀਂ ਹੱਸਣ ਵਾਸਤੇ ਤਿਆਰ ਹੋ ਸਾਰੇ ਤੇ ਚਲੋ ਅੱਜ ਅਸੀਂ ਚੁਟਕਲੇ ਪੜ੍ਹਦੇ ਹਾਂ ਠੀਕ ਹੈ ਸੋ ਉਸ ਤੋਂ ਪਹਿਲਾਂ ਇਸ ਚੁਟਕਲੇ ਦੇ ਵਿੱਚ ਇੱਕ ਕੋਈ ਗੱਲ ਆਏਗੀ ਇੱਕ ਕੋਈ ਸ਼ਬਦ ਆਏਗਾ ਕੋਈ ਵਰਡ जिਦੇ ਬਾਰੇ ਤੁਹਾਨੂੰ ਜਾਨਣਾ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਉਹ ਅਸੀਂ ਸਿੱਖਦੇ ਆ ਸੋ ਇਹ ਸਾਡੇ ਕਲਚਰ ਦਾ ਇੱਕ Part ਹੈ ਠੀਕ ਹੈ ਸੋ ਕਲਚਰਲ ਅਵੇਅਰਨੈਸ ਦੇ ਅnder ਅਸੀਂ ਇਹ ਚ ਸਿੱਖਦੇ ਪਏ ਆ ਖਿਚੜੀ ਇੱਕ ਡਿਸ਼ ਹੁੰਦੀ ਤੁਸੀਂ ਸ਼ਾਇਦ ਖਾਧੀ ਹੋਵੇ ਠੀਕ ਹੈ ਸੋ ਰਾਈਸ ਤੇ ਦਾਲ ਦੀ ਬਣਦੀ ਹੈ ਜਿਹੜੀ ਤੇ ਉਹ ਜਦੋਂ ਘਰ 'ਚ ਕੋਈ ਬਿਮਾਰ ਹੁੰਦਾ ਅਸੀਂ ਉਹਦੋਂ ਬਣਾਉਂਦੇ ਆ ਇਹਨੂੰ ਹਲਕਾ ਖਾਣਾ ਮੰਨਿਆ ਜਾਂਦਾ ਇਟਸ ਨਾਟ ਹੈਵੀ ਇਜ਼ੀ ਟੂ ਡਾਈਜੈਸਟ ਠੀਕ ਹੈ ਸੋ ਇਸ ਕਰਕੇ ਅਸੀਂ ਉਹ ਖਿਚੜੀ ਬਣਾਉਂਦੇ ਆ ਤੇ ਜੇ ਕੋਈ ਘਰ ਵਿੱਚ ਬਿਮਾਰ ਹੁੰਦਾ ਤੇ ਉਹਨੂੰ ਅਸੀਂ ਦਿੰਦੇ ਆ ਠੀਕ ਸੋ ਚੁਟਕਲਾ ਨੰਬਰ 1 ਅਧਿਆਪਕ ਜਿਹੜੇ ਕਿ ਟੀਚਰ ਹੈ ਨਾ ਉਹ ਪੁੱਛਦੇ ਆ ਕਿਸੇ ਬੱਚੇ ਨੂੰ ਪੰਜਾਬੀ ਪਰਿਵਾਰ ਦੇ ਸਬ ਮੈਂਬਰ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ ਇੱਕ ਦੂਸਰੇ ਦੀ ਪਰਵਾਹ ਕਰਦੇ ਹਨ ਇਸ ਦੀ ਇੱਕ ਮਿਸਾਲ ਦਿਓ ਪਰਵਾਹ ਕਰਨਾ ਮਤਲਬ ਕੇਅਰ ਕਰਦੇ ਆ ਠੀਕ ਹੈ ਸੋ ਉਹ ਕਹਿੰਦੇ ਇਹਦੀ ਇੱਕ ਮਿਸਾਲ ਦਿਓ ਗਿਵ ਮੀ ਵਨ ਐਗਜ਼ਾਮਪਲ ਆਫ 댓 ਠੀਕ ਹੈ ਸੋ ਵਿਦਿਆਰਥੀ ਕੀ ਕਹਿੰਦਾ ਜਿਹੜਾ ਸਟੂਡੈਂਟ ਉਹ ਕਹਿੰਦਾ ਟੀਚਰ ਜੀ ਇਹ ਗੱਲ ਬਿਲਕੁਲ ਠੀਕ ਹੈ ਕਿ ਪੰਜਾਬੀਆਂ ਦੇ ਘਰਾਂ ਵਿੱਚ ਬਹੁਤ ਪਿਆਰ ਹੁੰਦਾ ਹੈ ਇਸ ਦੀ ਮਿਸਾਲ ਇਹ ਹੈ ਕਿ ਘਰ ਵਿੱਚ ਬਿਮਾਰ ਇੱਕ ਜਣਾ ਹੁੰਦਾ ਹੈ ਪਰ ਖਿਚੜੀ ਸਾਰਾ ਪਰਿਵਾਰ ਖਾਂਦਾ ਹੈ ਰਾਈਟ ਸੋ ਇਹ ਇੱਕ ਐਗਜ਼ਾਮਪਲ ਇਹ ਇੱਕ ਚੁਟਕਲਾ ਤੁਸੀਂ ਸਿੱਖਿਆ ਇਦੇ ਵਿੱਚ ਤੁਸੀਂ ਆਪਣੇ ਦੋਸਤਾਂ ਨੂੰ ਸੁਣਾ ਵੀ ਸਕਦੇ ਹੋ ਇਹ ਠੀਕ ਸੋ ਲੈਟਸ ਗੋ ਟੂ ਦਾ ਨੈਕਸਟ ਅਮ ਚੁਟਕਲਾ ਸੋ ਇੱਥੇ ਦੇਖੋ ਕਿ ਜਿਹੜੇ ਚੁਟਕਲੇ ਹੁੰਦੇ ਆ ਉਹ ਹਸਣ ਵਾਸਤੇ ਹੁੰਦੇ ਹੱਸਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਜਿਵੇਂ ਅਸੀਂ ਵੱਖਰੇ ਵੱਖਰੇ ਲੈਂਗੁਏਜ ਦੇ ਫਾਰਮ ਹੁੰਦੇ ਆ ਜਿਦਾ ਏਸੇ ਪੋਮਸ ਸਟੋਰੀ ਜਿਸ ਦਾ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਅਸੀਂ ਪਹਿਲਾਂ ਕਹਾਣੀਆਂ ਪੜੀਆਂ ਛੋਟੇ ਛੋਟੇ ਪੈਸੇਜਸ ਪੜੇ ਪੋਮ ਪੜੀ ਰਾਈਟ ਸੋ ਗ੍ਰਾਮਰ ਬਾਰੇ ਸਿੱਖਿਆ ਸੋ ਚੁਟਕਲਾ ਇੱਕ ਹੋਰ ਵੱਖਰੀ ਕਿਸਮ ਹੈਗੀ ਹੈ ਠੀਕ ਹੈ ਲੈਂਗੁਏਜ ਦੀ ਸੋ ਅਮ ਆਪਾਂ ਹੁਣ ਇਸ ਨਵੇਂ ਚੁਟਕਲੇ ਵਾਸਤੇ ਉਹਦੇ ਵਿੱਚ ਕੁਝ ਸ਼ਬਦ ਆਏ ਨੇ ਜਿਹੜੇ ਕਿ ਥੋੜੇ ਜੇ ਮੁਸ਼ਕਿਲ ਹੈ ਤੇ ਉਹ ਤੁਹਾਨੂੰ ਪਹਿਲਾਂ ਚੰਗੀ ਤਰ੍ਹਾਂ ਆਉਣੇ ਚਾਹੀਦੇ ਤਾਂ ਤੁਸੀਂ ਚੁਟਕਲੇ ਦਾ ਆਨੰਦ ਮਾਣ ਸਕੋਗੇ ਠੀਕ ਹੈ ਜੀ ਸੋ ਉਹ ਆਪਾਂ ਪਹਿਲਾਂ ਦੇਖਦੇ ਆ ਜਗਾਇਆ wake someone up right nazar aarya visible akha malda rubbing eyes hai na to si jaagde ho taa tusi apni akhaan jiyan malde uthte ho theek hai is to from this babe puffer an idiot right so oh idiot so um asi am tarke kande nai par kai vari tusi doston de vich kai vari hasse mazak ch gal keh lende ho ਪੁੱਟਕੇ ਅਪਰੂਵਡ ਠੀਕ ਹੈ ਚੁਟਕਲਾ ਨੰਬਰ 2 ਦੋ ਦੋਸਤ ਕੈਂਪ ਤੇ ਗਏ ਰਾਤ ਹੋ ਗਈ ਟੈਂਟ ਲਾ ਕੇ ਸੌਂ ਗਏ ਅੱਧੀ ਰਾਤ ਨੂੰ ਬਬਲੂ ਦੀ ਅੱਖ ਖੁੱਲੀ ਉਸਨੇ ਦੇਖਿਆ ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ ਬਬਲੂ ਨੇ ਬੱਬਰ ਨੂੰ ਜਗਾਇਆ ਬੱਬਰ ਓਏ ਉੱਠ ਦੇਖ ਤੈਨੂੰ ਕੀ ਦਿਸ ਰਿਹਾ ਹੈ ਬੱਬਰ ਅੱਖਾਂ ਮਲਦਾ ਮਲਦਾ ਉੱਠਿਆ ਤਾਰੇ ਬੱਬਰ ਬੱਬਰ ਨੇ ਕਿਹਾ ਹੈਨਾ ਇਸ ਤੋਂ ਕੀ ਪਤਾ ਲੱਗਦਾ ਹੈ ਬਬਲੂ ਨੇ ਪੁੱਛਿਆ ਤੇ ਬੱਬਰ ਕੀ ਜਵਾਬ ਦਿੰਦਾ ਹੈ ਕਹਿੰਦਾ ਰਾਤੀ ਅਸਮਾਨ ਬਹੁਤ ਸੋਹਣਾ ਦਿਸਦਾ ਹੈ ਬੱਬਰ ਅਸਮਾਨ ਵੱਲ ਦੇਖ ਕੇ ਬੋਲਿਆ ਤੇ ਫਿਰ ਕਹਿੰਦੇ ਓਏ ਬੇਵਕੂਫਾ ਕੋਈ ਸਾਡਾ ਟੈਂਟ ਪੁੱਟ ਕੇ ਲੈ ਗਿਆ ਹੈ ਬਬਲੂ ਨੇ ਬੱਬਰ ਦੇ ਮੋਢੇ ਤੇ ਹੱਥ ਮਾਰਿਆ ਸੋ ਬੱਬਰ ਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਉਹ ਸੁੱਤਾ ਪਿਆ ਸੀ ਰਾਈਟ ਸੋ ਇਹ ਤਾਂ ਅਨਲੈਸਿਕਾ ਦੂਸਰਾ ਚੁਟਕਲਾ ਠੀਕ ਤੁਸੀਂ ਹੱਸੋ ਤੇ ਆਪਣੇ ਦੋਸਤਾਂ ਨੂੰ ਹਸਾਓ ਆਪਣੇ ਪਰਿਵਾਰ ਦੇ ਵਿੱਚ ਚੁਟਕਲੇ ਸੁਣਾ ਕੇ ਸਾਰਿਆਂ ਨੂੰ ਹਸਾਓ ਠੀਕ ਬੱਚੋ ਅੱਜ ਸਾਡੇ ਕੋਲੇ ਛੋਟੇ ਛੋਟੇ ਦੋ ਪਾਠ ਹੈਗੇ ਸੀ ਪਹਿਲਾ ਸੀ ਸਾਡੇ ਚੁਟਕਲੇ 7.1 ਤੇ ਹੁਣ ਸਾਡੇ ਕੋਲੇ ਪਾਠ 7.2 ਗ੍ਰਾਮਰ ਰੂਲਸ ਤੇ ਇਹ ਰੂਲਸ ਹੈ ਕਿ ਨੇ ਪਲੂਰਲਸ ਵਾਸਤੇ ਅਸੀਂ ਸਿੰਗੂਲਰ ਤੋਂ ਪਲੂਰਲ ਕਿਸ ਤਰ੍ਹਾਂ ਬਣਾਉਂਦੇ ਆ ਉਹ ਰੂਲਸ ਨੇ ਠੀਕ ਹੈ ਸੋ ਵੱਖਰੇ ਵੱਖਰੇ ਸ਼ਬਦ ਜਿਹੜੇ ਹੁੰਦੇ ਆ ਉਹਨਾਂ ਨੂੰ ਅਸੀਂ ਨਾਉਨ ਜਿਹੜਿਆ ਜਾਂ ਐਡਜੈਕਟਿਵ ਜਿਹੜੇ ਹੁੰਦੇ ਆ ਅਸੀਂ ਉਹਨਾਂ ਨੂੰ ਸਿੰਗੂਲਰ ਤੋਂ ਪਲੂਰਲ ਕਿਸ ਤਰ੍ਹਾਂ ਜੇਜ ਕਰਦੇ ਉਹਦੇ ਲਈ ਗ੍ਰਾਮਰ ਦੇ ਰੂਲਸ ਹੈਗੇ ਨੇ ਠੀਕ ਸੋ ਤੁਸੀਂ ਦੇਖੋ ਇੱਥੇ ਪਹਿਲਾਂ ਤੁਹਾਡੇ ਕੋਲੇ ਲਿਖਿਆ ਹੋਇਆ ਇੱਕ ਸਕੂਲ ਦੋ ਸਕੂਲ ਰਾਈਟ ਸੋ ਇੱਕ ਵੀ ਸਕੂਲ ਤੇ ਦੋ ਵੀ ਸਕੂਲ ਇਹ ਕਿਉਂ ਨਹੀਂ ਬਦਲਿਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇੱਕ ਪਰਿਵਾਰ ਦੋ ਪਰਿਵਾਰ एवी ਨਹੀਂ ਬਦਲਿਆ ਰਾਈਟ ਸੋ ਇੱਕ ਵੀ ਸਿੰਗੂਲਰ ਤੇ ਦੋ ਪਰਿਵਾਰ ਪਰਿਵਾਰ 스테ਮ ਸੇਮ ਸੋ ਅਸੀਂ ਦੇਖਾਂਗੇ ਕਿਉਂ ਨਹੀਂ ਬਦਲਦੇ ਇਹ ਰੂਲ ਰੂਲ ਨੰਬਰ 1 ਸਮ ਵਰਸ ਦੈਟ ਐਂਡ ਇਨ ਮੁਕਤਾ ਯੂ نو ਵਟ ਇਜ਼ ਮੁਕਤਾ ਰਾਈਟ ਤੁਹਾਨੂੰ ਪਤਾ ਹੈ ਜਿਹੜਾ ਸ਼ਬਦ ਦੇ ਮੁਕਤਾ ਵਿੱਚ ਐਂਡ ਹੁੰਦਾ ਹੈ ਮਤਲਬ ਉਹਦੇ ਪਿੱਛੇ ਕੋਈ ਮਾਤਰਾ ਨਹੀਂ ਲੱਗਦੀ ਕੋਈ ਕੰਨਾ ਨਹੀਂ ਹੈਗਾ ਕੋਈ ਬਿਹਾਰੀ ਨਹੀਂ ਹੈਗੀ ਠੀਕ ਸੋ ਉਹ ਜਿਹੜਾ ਹੁੰਦਾ ਸ਼ਬਦ ਉਹ ਮੁਕਤਾ ਸ਼ਬਦ ਹੁੰਦਾ ਹੈ ਡੂ ਨੋਟ ਚੇਂਜ ਵੈਨ ਦੇ ਆਰ ਪਲੂਰਲ ਰਾਈਟ ਸੋ ਬਦਲ ਇੱਕ ਬਦਲ ਬਦਲ ਬਹੁਤ ਸਾਰੇ ਬਦਲ ਰਾਈਟ ਸੋ ਕਾਲਾ ਬਦਲ ਇਹ ਸਾਨੂੰ ਲੱਗੇਗਾ ਕਿ ਇਹ ਇੱਕ ਹੈ ਕਾਲਾ ਐਡਜੈਕਟਿਵ ਰਾਈਟ ਸੋ ਬਲੈਕ ਕਾਲਾ ਬਦਲ ਕਾਲੇ ਬਦਲ ਠੀਕ ਸੋ ਇਹ ਇਸੇ ਤਰ੍ਹਾਂ ਇਹਦੇ ਵਿੱਚ ਬਦਲਿਆ ਨਹੀਂ ਹੈ ਠੀਕ ਫਿਰ ਤੁਹਾਡੇ ਕੋਲੇ ਵਰਡਸ ਹੈ ਕਿ ਜਿਹਦਾ ਪਰਿਵਾਰ ਆਪਾਂ ਕਹਾਂ ਸੀ ਇੱਕ ਪਰਿਵਾਰ ਦੋ ਪਰਿਵਾਰ ਇਹ ਵੀ ਨਹੀਂ ਬਦਲਦਾ ਤੇ ਅਸਮਾਨ ਠੀਕ ਰੂਲ ਨੰਬਰ 2 ਫॉर ਵਰਡਸ ਐਂਡਿੰਗ ਇਨ ਕੰਨਾ ਰਾਈਟ ਯੂ ਸੀ ਥਿਸ ਕੰਨਾ ਹੇਅਰ ਰਾਈਟ ਇਟਸ ਪਜਾਮਾ ਰਾਈਟ ਪਜਾਮਾ ਸੋ ਹਾਊ ਥਿਸ ਵਿਲ ਚੇਂਜ ਵੀ ਵਿਲ ਕੱਟ ਥਿਸ ਕੰਨਾ ਵੀ ਕੈਨ ਨੋਟ ਪੁਟ ਕੰਨਾ ਐਂਡ ਲਾ ਐਟ ਦ ਸੇਮ ਟਾਈਮ ਨੋ we we have to cut this eliminate this and we can put la one pajama many pajama theek so tadakle words ne sada sade malda apa ke assi uh, akha malda utthe assi babar malda malde tara tare theek so rule number 3 so many feminine words usually end in bihari right so see si, jadosi kenne kudee Right, so uh, ending in Bihari, kursi, ending in Bihari. So we have word here, gai, right? So gai is vent, right? so we use this for uh, female, right? So when we change a feminine noun to a plural, we add an ada plus kanna with the bindi, right? So basically we are adding a sound, right? Adda kanna, a, utte, bindi, a. So that will make this gai, ਗਈਆ ਪਲੂਰਲ ਠੀਕ ਸੋ ਅੱਦੀ ਅਦੀਆ ਖੁੱਲੀ ਖੁੱਲੀਆਂ ਗਈ ਗਈਆ ਠੀਕ ਸੋ ਰੋਲ ਨੰਬਰ 4 ਸਮ ਫੈਮਿਨਰ ਨਾਉਨਸ ਐਂਡ ਇਨ ਅਮੁਕਤਾ ਲਾਈਕ ਲੱਤ ਠੀਕ ਵੀ ਐਡ ਕੰਨਾ ਐਂਡ ਬਿੰਦੀ ਵੈਨ ਵੀ మేక్ ਦ ਪਲੂਰਲ ਸੋ ਅਸੀਂ ਇੱਥੇ ਕੰਨਾ ਬਿੰਦੀ ਸੇਮ ਵੇ ਅਸੀਂ ਇੱਥੇ ਕੀਤਾ ਸੀ ਇੱਥੇ ਅਸੀਂ ਪਰ ਇੱਥੇ ਅਸੀਂ ਐਡਾ ਲਗਾਇਆ ਸੀ ਨਾਲ ਠੀਕ ਹੈ ਸੋ ਇੱਥੇ ਅਸੀਂ ਕੱਲਾ ਕੰਨਾ ਤੇ ਬਿੰਦੀ ਲਗਾ ਰਹੇ ਇੰਨਾ ਫਰਕ ਹੈ ਰਹਿਣਾ ਦੋਆ ਦੇ ਵਿੱਚ ਠੀਕ ਹੈ ਲੱਤ ਲੱਤਾਂ ਰਾਤ ਰਤਾਂ ਮਿਸਾਲ ਮਿਸਾਲਾਂ ਰਾਈਟ ਮਿਸਾਲ ਐਗਜ਼ਾਮਪਲ ਆਪਾਂ ਵਰਡ ਸਿੱਖਿਆ ਇਸ ਪਾਠ ਦੇ ਵਿੱਚ ਨਵਾ ਅੱਖ ਅੱਖਾਂ ਠੀਕ ਸੋ ਬਬਲੂ ਬੱਬਰ ਅੱਖਾਂ ਮਲਦਾ ਮਲਦਾ ਉੱਠਿਆ ਸੀ ਕਹਿਆ ਸੀ ਠੀਕ ਸੋ ਰੂਲ ਨੰਬਰ 5 ਸਮ ਮਾਸਕুলਰ ਨਾਉਨਸ ਹੈਵ ਦ ਸਾਊਂਡ ਐ It's a sound, you know? and they end in a. Uh, we remove a and plus a, aya, right? So add a. So we remove this and we change the word basically, right? So aya, i is masculine came, right? So for uh, for fee female we will say i, but for uh, you know male. masculine we will say aaya right this is masculine word so aaya ek munda aaya te bahut munde aaye theek so aaya aaye it will change like this boleya bole puchhya puchhe maarya maare ਸੋ ਇਹ ਤੁਸੀਂ ਜਿਹੜੇ ਹੈਗੇ ਨੇ ਗ੍ਰਾਮਰ ਗ੍ਰਾਮਰ ਦੇ ਰੂਲ ਸਿੱਖੇ ਨੇ ਅੱਜ ਫਾਰ ਪਲੂਰਲਸ ਉਹਨਾਂ ਨੂੰ ਤੁਸੀਂ ਪ੍ਰੈਕਟਿਸ ਕਰਨਾ ਹੋਰ ਵਰਡਸ ਲੱਭਣਾ ਆਪਣੇ ਪਾਠ ਦੇ ਵਿੱਚੋਂ ਤੇ ਉਹਨਾਂ ਦੇ ਨਾਲ ਪ੍ਰੈਕਟਿਸ ਕਰਨਾ ਇਸ ਪਾਠ ਚੋਂ ਜਾਂ ਹੋਰ ਪਾਠਾਂ ਦੇ ਵਿੱਚੋਂ ਵੀ ਤੁਸੀਂ ਆਪਣੀ ਪ੍ਰੈਕਟਿਸ ਵਾਸਤੇ ਵਰਡਸ ਲੱਭ ਸਕਦੇ ਹੋ ਤੇ ਆਪਣਾ ਜਿਹੜਾ ਇਹ ਤੁਸੀਂ ਰੂਲਸ ਸਿੱਖੇ ਨੇ ਇਹਨਾਂ ਨੂੰ ਪ੍ਰੈਕਟਿਸ ਲਈ ਆ ਸਕਦੇ ਹੋ ਠੀਕ ਸੋ ਸੋਮਵਾਰ ਘਰ ਦਾ ਕੰਮ ਤੁਹਾਡਾ ਹੈਗਾ ਟਾਈਮਰ ਸੈੱਟ ਕਰਕੇ ਜਿੱਦਾਂ ਆਪਾਂ ਪਹਿਲਾਂ ਕਰਦੇ ਆਏ ਆ ਪੰਨਾ 22 ਤੇ ਲਿਖਿਆ ਚੁਟਕਲਾ 2 ਨੰਬਰ 2 ਪੜਨਾ ਹੈ ਤੁਸੀਂ ਇਹ ਵਾਲਾ ਚੁਟਕਲਾ ਪੜਨਾ ਹੈ ਕਿੰਨੇ ਮਿੰਟ ਲੱਗੇ ਠੀਕ ਹੈ ਇਹ ਤੁਸੀਂ ਨੋਟ ਕਰਦੇ ਜਾਣਾ ਔਰ ਤੁਸੀਂ ਦੇਖਣਾ ਹੁਣ ਤੁਸੀਂ ਸੱਤਵੇਂ ਪਾਠ ਤੇ ਆ ਗਏ ਹੋ ਤੁਹਾਡੀ ਜਿਹੜੀ ਫਲੂਐਂਸੀ ਹੈ ਰਵਾਨਗੀ ਹੈ ਪੰਜਾਬੀ ਪੜਨ ਦੀ ਉਹ ਵਧਣੀ ਚਾਹੀਦੀ ਹੈ ਠੀਕ ਸੋ ਮੰਗਲਵਾਰ ਕਰਦਾ ਕੰਮ ਫੇਰ ਤੁਹਾਡਾ ਹੈਗਾ ਇਹ ਚੁਟਕਲਾ ਸੋਹਣੀ ਲਿਖਤ ਵਿੱਚ ਲਿਖਣਾ ਹੈ ਪਹਿਲਾਂ ਤੁਸੀਂ ਇਹਨੂੰ ਪੜਨਾ ਹੈ ਤੇ ਉਹ ਔਰ ਵਾਂਗੀ ਦੇਖਣੀ ਹੈ ਫਿਰ ਤੁਸੀਂ ਸੋਹਣੀ ਲਿਖਤ ਵਿੱਚ ਲਿਖਣਾ ਹੈ ਉਹਦੇ ਵਿੱਚ ਵੀ ਤੁਸੀਂ ਦੇਖਣਾ ਕਿੰਨੇ ਮਿੰਟ ਲੱਗੇ ਤੇ ਕਿੰਨਾ ਸੋਹਣਾ ਤੁਸੀਂ ਲਿਖਿਆ ਤੁਸੀਂ ਪਹਿਲਾਂ ਨਾਲੋਂ ਅੱਛਾ ਲਿਖ ਸਕੇ ਤੁਸੀਂ ਇਹ ਚੀਜ਼ਾਂ ਦੇਖੋਗੇ ਠੀਕ ਸੋ ਅੱਜ ਆਪਾਂ ਇੰਨਾ ਹੀ ਅਗਲੇ ਪਾਠ ਵਿੱਚ ਫਿਰ ਤੁਹਾਨੂੰ ਮਿਲਾਂਗੇ ਤੇ ਤੁਸੀਂ ਪ੍ਰੈਕਟਿਸ ਕਰਦੇ ਰਹਿਣਾ ਇਸੇ ਤਰ੍ਹਾਂ ਹੀ ਸਾਰੀਆਂ ਚੰਗੀਆਂ ਚੰਗੀਆਂ ਗੱਲਾਂ ਸਿੱਖੋ ਹਰ ਰੋਜ਼ ਪੰਜਾਬੀ ਪੜੋ ਭਾਵੇਂ 7 ਮਿੰਟ ਹੀ ਪੜੋ ਜੇ 7니6 ਮਿੰਟ ਪੜ੍ਹ ਲਓ ਜਾਂ 10 ਮਿੰਟ ਪੜ੍ਹ ਲਓ ਤੁਹਾਡੇ ਤੇ ਆ ਕਿ ਤੁਸੀਂ ਕਿੰਨੀ ਛੇਤੀ ਸਿੱਖੋਗੇ ਪਰ ਰੋਜ਼ ਪੜ੍ਹੋ ਠੀਕ ਸੋ ਤੈਨੂੰ ਬਹੁਤ ਤੇ ਨਾਲ ਹੈਲਪ ਹੋਏਗੀ ਸੋ ਅੱਜ ਇਹਨਾਂ ਕੀ ਅਸੀਂ ਸਿੱਖ ਗਏ ਤੇ ਬਾਕੀ ਤੁਸੀਂ ਪ੍ਰੈਕਟਿਸ ਕਰਦੇ ਰਹਿਣਾ ਮੈਂ ਤੈਨੂੰ ਫਤਿਹ ਬੁਲਾਨਦੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ ਰਹੋ